आ गए हो। अच्छा यार, ਅਸੀਂ ਅਕਸਰ ਕਾਲਜੋਂ ਆਵੀਦਾ ਨਾ ਤੇ ਆ ਕੇ ਚੋਈ ਜਾਫਰ ਦੇ ਡੇਰੇ ਤੇ ਬਹਿ ਜੀਦੇ। ਅੱਛਾ, ਚੋਈ ਜਾਫਰ ਹੈ ਨਾ ਜਿਹੜਾ, ਉਹ ਆਪਣੇ ਡੇਰੇ ਤੇ ਬੜਾ ਘਟਵਾ ਦਮ ਦਾਵੇ ਤੇ ਕੁਦਰਤੀ ਜਿਸ ਦਿਨ ਅਸੀਂ ਉੱਥੇ ਮੌਜੂਦ ਹੈ ਉਸੇ ਦਿਨ ਜਾਫਰ ਸਾਹਿਬ ਵੀ ਤਸ਼ਰੀਫ ਲੈ ਆਏ। ਤਾਂ ਕੌਣ ਸਾ ਤੀਰ ਮਾਰਾ? ਅਸਲਾਮ ਅਲੈਕੁਮ ਜੀ। ਅਸੀਂ ਹਿੰਮਤ ਕਰਕੇ ਨਾ ਜਾਫਰ ਸਾਹਿਬ ਨੂੰ ਬੁਲਾਇਆ, ਆਖਿਆ ਕਿ ਤੁਹਾਡੇ ਨਾਲ ਇੱਕ ਫੋਟੋ ਬਣਵਾਣੀ ਹੈ। ਨਹੀਂ ਠੀਕ ਹੈ, ਕੋਈ ਮਸਲਾ ਨਹੀਂ, ਆ ਜਾਓ ਫੋਟੋ ਬਣਾ ਲੈਂਦੇ ਹਾਂ। ਅਸੀਂ ਜ਼ਿਆਦਾ ਆਰਾਮ ਉਸ ਵਕਤ ਹੋਏ ਜਿਸ ਟਾਈਮ ਉਹਨਾਂ ਨੇ ਸਾਡੇ ਨਾਲ ਫੋਟੋ 'ਤੇ ਖਿਚਵਾਈ। ਉਸ ਤੋਂ ਬਾਅਦ ਉਹ ਸਾਡੇ ਕੋਲ ਬਹਿ ਗਏ, ਬਹਿ ਕੇ ਗੱਪ ਲਾਉਣ ਲੱਗ ਪਏ। ਅਸੀਂ ਯਾਰ ਬੜੇ ਸ਼ੌਕ ਹੋ ਗਏ। ਭਾਈ ਸਾਹਿਬ ਕੁਝ ਜ਼ਿਆਦਾ ਨਹੀਂ ਹੋ ਗਿਆ? ਹਾਂ ਯਾਰ, ਜ਼ਿਆਦਾ ਤਾਂ ਹੋ ਗਿਆ, ਉਹ ਵੀ ਥੋੜ੍ਹਾ ਨਹੀਂ, ਕਾਫੀ ਜ਼ਿਆਦਾ। ਲੇਕਿਨ ਇੱਕ ਗੱਲ ਤਾਂ ਤੁਹਾਨੂੰ ਵੀ ਮੰਨਣੀ ਪਵੇਗੀ ਕਿ ਜਿਹੜੇ ਹੁੰਦੇ ਨਾ ਸਿਆਸਤਦਾਨ, ਕਦੇ ਵੀ ਹੰਬਲ ਮਿਜ਼ਾਜ ਨਹੀਂ ਹੁੰਦੇ, ਉਹਨਾਂ 'ਚ ਆਕੜ। ਕਮੈਂਟਸ ਬਾਕਸ ਮੈਂ ਮੇਰੇ 'ਤੇ ਚੜ੍ਹਨਾ ਜਾਈਓ ਕਿ ਤੂੰ ਪੀਪਲ ਪਾਰਟੀ ਨੂੰ ਸਪੋਰਟ ਕਰਨਾ ਅਤੇ ਤੂੰ ਪੀ ਟੀ ਆਈ ਨੂੰ ਕਰਨਾ, ਮੈਂ ਕਿਸੇ ਨੂੰ ਨਹੀਂ ਕਰਦਾ, ਅਤੇ ਤੁਸੀਂ ਜਿਹਨੂੰ ਕਰਦੇ ਹੋ ਤੁਸੀਂ ਉਹਨੂੰ ਹੀ ਕਰੋ, ਅਤੇ ਨਾ ਮੈਂ ਪਿਆਰ ਨਾ ਕਿ ਤੁਸੀਂ ਜਾਫਰ ਨੂੰ ਵੋਟ ਦਿਓ ਜਾਂ ਜਿਹਨੂੰ ਵੀ ਦੇਣੇ ਦਿਓ, ਆਪਣਾ ਚਸ਼ਮਾ ਸਲੋ ਝੂਠ ਬੋਲ ਰਿਹਾ ਹੈ। ਮੈਂ ਸਿਰਫ ਉਹਦੇ ਇਖਲਾਕ ਦੀ ਤਾਰੀਫ ਕਰ ਰਿਹਾ ਵਾਂ, ਅਤੇ ਇੱਕ ਵਕਤ ਦਾ MNA ਰਿਹਾ ਬੰਦਾ, ਅਜੇ ਵੀ ਉਹਦੀ ਚੁਦਰਾਟ 'ਤੇ ਆਇਆ ਹੀ ਹੈ ਨਾ, ਅਤੇ ਅਨਾਹ 'ਤੇ ਹੁੰਦੀ ਹੈ, ਆਕੜ 'ਤੇ ਬੰਦੇ 'ਚ ਹੁੰਦੀ ਹੈ, ਅਤੇ ਉਹ ਗੱਲ ਕੋਈ ਨਹੀਂ ਆਈ। ਬੜੇ ਅੱਛੇ ਤਰੀਕੇ ਨਾਲ ਗੁਫ਼ਤਗੂ ਕੀਤੀ ਹੈ, ਕੁਝ ਕਾਲਜ ਦੇ ਰਿਲੇਟਿਡ ਸਵਾਲ ਪੁੱਛੇ ਨੇ ਜਿਹੜੇ ਅੱਲਾ ਦਾ ਸ਼ੁਕਰ ਕੋ ਨਹੀਂ ਆਏ ਹਨ। कोई तरीका है भीख मांगने का? पूरा साल मेहनत करता हूँ आपके लिए बेटा।